ਜਲੰਧਰ ਦੇ ਫਿਲੌਰ ਵਿੱਚ ਲੀਹਾਂ ਤੋਂ ਲੱਥੇ ਜੇਲਮ ਐਕਸਪ੍ਰੈਸ ਦੇ 10 ਡੱਬੇ, 3 ਲੋਕ ਜ਼ਖਮੀ। ਸਤਲੁਜ ਦਰਿਆ ਲਾਗੇ ਵਾਪਰਿਆ ਹਾਦਸਾ। ਟਰੈਕ ਬੰਦ ਹੋਣ ਕਰਕੇ ਕਈ ਟ੍ਰੇਨਾਂ ਦੇ ਬਦਲੇ ਗਏ ਰੂਟ, ਕਈ ਹੋਈਆਂ ਰੱਦ। ਅੱਜ ਚੰਡੀਗੜ੍ਹ ਵਿੱਚ ਹੋਏਗੀ ਪੰਜਾਬ ਕੈਬਨਿਟ ਦੀ ਬੈਠਕ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ ਬੈਠਕ ਦੀ ਅਗਵਾਈ। ਸੂਬੇ ਦੇ ਮੌਜੂਦਾ ਹਾਲਾਤ ਅਤੇ ਵਿਸਥਾਪਿਤਾਂ ਦੀ ਸੁਰੱਖਿਆ ਨੂੰ ਲੈ ਕੇ ਹੋਏਗੀ ਚਰਚਾ। ਅੱਜ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ। ਤਰਨ ਤਾਰਨ ਦੇ ਪਿੰਡਾਂ ਦਾ ਕਰਨਗੇ ਦੌਰਾ। ਕਿਸਾਨਾਂ ਅਤੇ ਵਿਸਥਾਪਿਤਾਂ ਨਾਲ ਕਰਨਗੇ ਮੁਲਾਕਾਤ। ਹਰਿਆਣਾ ਬੀਜੇਪੀ ਦੀ 2 ਦਿਨੀ ਕਾਰਜਕਾਰਨੀ ਬੈਠਕ ਅੱਜ ਤੋਂ ਹਿਸਾਰ ਵਿੱਚ ਹੋਏਗੀ ਸ਼ੁਰੂ। ਮੁੱਖ ਮੰਤਰੀ ਮਨੋਹਰ ਲਾਲ ਕਰਨਗੇ ਬੈਠਕ ਦੀ ਅਗਵਾਈ। ਬੈਠਕ ਤੋਂ ਬਾਅਦ ਮੀਡੀਆ ਨਾਲ ਮੁਖਾਤਬ ਹੋਣਗੇ ਸਹਿ ਇੰਚਾਰਜ ਅਨਿਲ ਜੈਨ। ਊਨਾ ਵਿੱਚ ਬੀਜੇਪੀ ਕਾਰਜਕਾਰਨੀ ਦੀ ਬੈਠਕ ਦਾ ਦੂਜਾ ਦਿਨ ਅੱਜ। ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਸੂਬਾ ਮੁਖੀ ਸਤਪਾਲ ਸੱਤੀ ਕਰਨਗੇ ਬੈਠਕ ਦੀ ਅਗਵਾਈ। ਚੋਣਾਂ ਨੂੰ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ 'ਤੇ ਹੋ ਰਹੀ ਹੈ ਚਰਚਾ। ਨਹੀਂ ਬਾਜ਼ ਆ ਰਿਹਾ ਪਾਕਿਸਤਾਨ, ਫਿਰ ਤੋੜਿਆ ਸੀਜ਼ ਫਾਇਰ। ਜੰਮੂ ਕਸ਼ਮੀਰ ਦੇ ਨੌਸ਼ਹਿਰਾ ਲਾਗੇ ਕੀਤੀ ਫਾਇਰਿੰਗ। ਕੱਲ੍ਹ ਵੀ ਪੁੰਛ ਫਾਇਰਿੰਗ ਵਿੱਚ 5 ਆਮ ਲੋਕ ਹੋਏ ਸਨ ਜ਼ਖਮੀ। ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੀ ਪੋਸਟ ਤਬਾਹ ਹੋਣ ਦੀ ਖਬਰ ਸੀ। 2 ਦਿਨਾਂ ਦੇ ਲੱਦਾਖ ਦੌਰੇ ਦੌਰਾਨ ਅੱਜ ਕਰਗਿਲ 'ਚ ਰਹਿਣਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ। ਵੱਖ ਵੱਖ ਵਫਦ ਨਾਲ ਮਿਲਣਗੇ ਰਾਜਨਾਥ ਸਿੰਘ। ਹਿਮਾਚਲ ਸਰਕਾਰ ਨੇ ਬਾਂਦਰਾਂ ਤੋਂ ਛੁਟਕਾਰਾ ਪਾਉਣ ਦਾ ਕੱਢਿਆ ਨਵਾਂ ਤਰੀਕਾ। ਮਾਰਨ ਦਾ ਤਰੀਕਾ ਫੇਲ ਹੋਣ ਤੋਂ ਬਾਅਦ ਹੁਣ ਬਾਂਦਰਾਂ ਨੂੰ ਐਕਸਪੋਰਟ ਕਰਨ ਦੀ ਬਣਾਈ ਜਾ ਰਹੀ ਹੈ ਯੋਜਨਾ।